खड़े हैं पार्टी को जितने ऊपर रख के खड़े तो सख्त विरोध
सख्त निंदा काले कानून कर रहे जो तक काले कानून वापस नहीं हो जाते असी पंजाब के लोगों के नाल सड़क हूँ तुम सड़क पर है हूँ अकाली दल ने भी कहा कि असी कल 25 सितंबर को किसानों को समर्थन देवे बकायदा अकाली दल वापस से जरा चक्का जाम कर रहे हैं मैं उसी गल कर रही हाँ कि दूसरे फ्रंट बन के हम पंजाब के जोड़े सर्वे नारे इस वे जो रोज के बैठिया ने उन्होंने हाईजेक करने की प्लानिंग ने उन्होंने क्लीयर कर प्लानिंग ने मोदी ने भेजा हुआ मोदी ने भेजा पूरे पंजाब में गुमराह करने की गल्ला कर रहे हैं हम कि गल कर रहे हैं किसानों के नाल बहना कल किसानों के नाल बहना पंजाब के किसानों के मौत के फ्रंट पर स्वयं करके आ गए अज कहने असं किसानों के नाल बहना शर्म होनी चाहिए नतमस्तक होना लीडरशिप साडा रोस प्रदर्शन जारी अज पंजाब के लीडर पा के पंजाब के सौदे करके पंजाब के किसान मजदूर बेच के अब पंजाब से अपनी एंट्रियां भालते फिरते हैं असी बतौर पंजाब के वासी होने के धोखा होया सब खेती ऑर्डिनेंस रद्द करो रद्द करो रद्द करो।
ਮੋਦੀ ਦਾ ਏਜੰਟ ਬਾਦ ਨੰਬਰ ਮੁਰਦਾਬਾਦ 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 अपने बंदे पिछे ਵੋਟ ਵੋਟ ਪਾਈ ਹੈ ਨਾਤਾ ਤੋੜੇ ਅਸੀਂ ਪਹਿਲਾਂ ਇਸ ਵੇਲੇ ਜਿਹੜੇ ਕਾਲੇ ਕਾਨੂੰਨ ਪਾਰਟੀ ਤਾਂ ਚਲੋ ਇੱਕ ਅਲੱਗ ਚੀਜ਼ ਹੈ ਕਿ ਅਸੀਂ ਪਾਰਟੀ ਨੂੰ ਬਿਲੋਂਗ ਕਰ ਰਹੇ ਹਾਂ, ਉਹਨੂੰ ਅਸੀਂ ਵੱਖਰਾ ਨਹੀਂ ਕਰ ਸਕਦੇ, ਪਾਰਟੀ ਨੂੰ ਸ਼ਮੂਲੀਅਤ ਕਰ ਰਹੇ ਹਾਂ ਉਹਨੂੰ ਅਸੀਂ ਵੱਖਰਾ ਨਹੀਂ ਕਰ ਸਕਦੇ, ਪਰ ਪਾਰਟੀ ਦੇ ਨਾਲੋਂ ਪਹਿਲਾਂ ਉਹ ਕਰਨਾ ਸਾਡਾ ਇਹ ਆ ਅਸੀਂ ਪੰਜਾਬ ਨੂੰ ਬਿਲੋਂਗ ਕਰ ਅੱਜ ਹਰਸਿਮਰਤ ਕੌਰ ਬਾਦਲ ਜੀ ਨਮਸਤਕ ਹੋਣ ਆ ਰਹੇ ਨੇ ਤਲਵੰਡੀ ਸਾਬੋ। ਮੈਨੂੰ ਲੱਗਦਾ ਇਹ ਸਿਰਫ ਐਂਟਰੀ ਭਾਲਦੇ ਨੇ ਪਿੰਡਾਂ ਦੇ ਵਿੱਚ ਹੋਰ ਕੁਝ, ਕਿਉਂਕਿ ਇਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਮਜ਼ਦੂਰਾਂ ਦੀ, ਪੱਲੇਦਾਰਾਂ ਦੀ, ਟਰਾਂਸਪੋਰਟਰਾਂ ਦੀ, ਪੰਜਾਬ ਦੇ ਲੋਕਾਂ ਦੀ ਪਹਿਲਾਂ ਯਾਦ ਨਹੀਂ ਆਈ, ਹੁਣ ਪਹਿਲਾਂ ਅਸਤੀਫਾ ਦਿੰਦੇ ਨੇ ਤੇ ਫਿਰ ਹੁਣ ਐਂਟਰੀਆਂ ਭਾਲਦੇ ਨੇ। ਇਹਨਾਂ ਨੂੰ ਸਭ ਪਤਾ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਹਨਾਂ ਦੇ ਉਲਟ ਹੋ ਚੁੱਕੀਆਂ, ਅੱਗੇ 2022 ਦੀ ਇਲੈਕਸ਼ਨ ਆ ਰਹੀ ਹੈ ਤਾਂ ਇਹ ਕੀ ਕਰਨਗੇ ਅਗਰ ਤੁਹਾਨੂੰ ਐਂਟਰੀ ਹੀ ਨਾ ਮਿਲੀ। ਇਹ ਇਹਨਾਂ ਕਿਸਾਨ ਜਥੇਬੰਦੀਆਂ ਨੇ ਬਲਕਿ ਇਹਨਾਂ ਦੀ ਐਂਟਰੀ ਪੰਜਾਬ ਦੇ ਵਿੱਚ ਬੰਦ ਕਰ ਦੇਣੀ ਹੈ। ਅਕਾਲੀ ਦਲ ਜਿਹੜੀ ਭਾਈਵਾਲ ਇਹਨਾਂ ਦੇ ਨਾਲ ਕਿਸਾਨ ਵਿਰੋਧੀ ਆਰਡੀਨੈਂਸ ਲੈ ਕੇ ਆਈ ਹੈ। ਅੱਜ ਬੀਬਾ ਜੀ ਆ ਰਹੇ ਨੇ ਪਿੰਡਾਂ ਦੇ ਵਿੱਚ ਐਂਟਰੀ ਭਾਲ ਰਹੇ ਨੇ, ਕੀ ਉਹਨਾਂ ਨੂੰ ਉਦੋਂ ਯਾਦ ਨਹੀਂ ਆਈ ਜਦੋਂ ਇਹ ਬਿੱਲ ਸੰਸਦ ਦੇ ਵਿੱਚ ਆ ਚੁੱਕੇ ਸੀ, ਜਾਂ ਜਦੋਂ ਇਹ ਬਿੱਲ ਆਰਡੀਨੈਂਸ ਜਦੋਂ ਆਰਡੀਨੈਂਸ ਆਏ ਸੀ ਨਾ, ਡਰਾਫਟ ਤਿਆਰ ਹੋ ਰਿਹਾ ਸੀ, ਤਾਂ ਉਦੋਂ ਇਹਨਾਂ ਨੇ ਕਿਉਂ ਨਹੀਂ ਅਸਤੀਫਾ ਦਿੱਤਾ, ਉਦੋਂ ਕਿਉਂ ਨਹੀਂ ਮਨਾ ਕੀਤਾ ਕਿ ਮੋਦੀ ਸਾਹਿਬ ਇਹ ਸਾਡੇ ਕਿਸਾਨਾਂ ਦੇ ਵਿਰੁੱਧ ਨੇ ਆਰਡੀਨੈਂਸ? ਇਹ ਬਾਦਲ ਪਰਿਵਾਰ ਹਮੇਸ਼ਾ ਕਿਸਾਨਾਂ ਦੇ ਨਾਲ ਧੋਖਾ ਕਰਦਾ ਰਿਹਾ, ਚਾਹੇ 2019 ਦੇ ਵਿੱਚ ਆਇਆ ਅਟਲ ਜਲ ਭੂਮੀ ਯੋਜਨਾ ਹੋਵੇ, ਚਾਹੇ ਜਦੋਂ ਮੋਦੀ ਸਾਹਿਬ ਇੱਥੇ 2014 'ਚ ਆਏ ਸੀਗੇ, ਉਹਨਾਂ ਨੇ ਕਿਹਾ ਸੀ ਮੈਂ ਇੱਥੇ ਹੱਬ ਬਣਾਊਂਗਾ, ਕਾਟਨ ਹੱਬ ਬਣਾਉਣੀ ਹੈ ਅਸੀਂ ਇੱਥੇ, ਤਾਂ ਉਦੋਂ ਕਿਉਂ ਨਹੀਂ ਉਹਨਾਂ ਨੇ ਸਾਥ ਦਿੱਤਾ? ਨਰਮੇ ਦਾ ਰੇਟ ਘੱਟਦਾ ਹੀ ਜਾ ਰਿਹਾ ਲਗਾਤਾਰ, ਤਾਂ ਉਦੋਂ ਕਿਉਂ ਨਹੀਂ ਕਿਸਾਨ ਭਰਾਵਾਂ ਸਾਥ ਦਿੱਤਾ? ਹੁਣ ਉਹਨਾਂ ਨੂੰ ਪਤਾ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਉਲਟ ਹੋ ਗਈਆਂ, ਸਾਡਾ ਪਿੰਡਾਂ ਦੇ ਵਿੱਚ ਵੜਨਾ ਬੰਦ ਹੋ ਚੁੱਕਿਆ, ਅਤੇ ਅੱਜ ਉਹ ਆ ਰਹੇ ਨੇ। ਸੋ ਉਹਨਾਂ ਦੀਆਂ ਇਹੋ ਜਿਹੀਆਂ ਚਾਲਾਂ ਨੂੰ ਅਸੀਂ ਨਹੀਂ ਚੱਲਣ ਦੇਵਾਂਗੇ। ਆਮ ਆਦਮੀ ਪਾਰਟੀ ਪੂਰਾ ਮੋਢੇ ਦੇ ਨਾਲ ਮੋਢਾ ਜੋੜ ਕੇ ਕਿਸਾਨ ਭਰਾਵਾਂ ਦੇ ਨਾਲ ਖੜੀ ਹੈ। ਆਮ ਆਦਮੀ ਪਾਰਟੀ ਅੱਜ ਜੇ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੱਥਾ ਟੇਕਣ ਵਾਸਤੇ ਆ ਰਹੇ ਨੇ, ਤੁਸੀਂ ਪ੍ਰੋਟੈਸਟ ਕੀਤਾ, ਇਹ ਪ੍ਰੋਟੈਸਟ ਮਹੀਨਾ ਦੋ ਮਹੀਨੇ ਡੇਢ ਦੋ ਮਹੀਨੇ ਪਹਿਲਾਂ ਵੀ ਹੋ ਸਕਦਾ ਜਦੋਂ ਕਿਸਾਨ ਸੜਕਾਂ ਤੇ ਆਇਆ ਸੀਗਾ। ਆਮ ਆਦਮੀ ਪਾਰਟੀ ਲਗਾਤਾਰ ਪ੍ਰੋਟੈਸਟ ਕਰ ਰਹੀ ਹੈ, ਇਹ ਮਹੀਨਾ ਦੋ ਮਹੀਨੇ ਪਹਿਲਾਂ ਦੀ ਗੱਲ ਨਹੀਂ, ਲਗਾਤਾਰ ਪ੍ਰੋਟੈਸਟ ਕਰ ਰਹੀ ਹੈ, ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਤੇ ਦਿੱਲੀ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਅਰਵਿੰਦ ਕੇਜਰੀਵਾਲ ਜੀ ਦੀ
अपने संजय सिंह जी भी राज्यसभा दे विच बोले, भगवंत मान जी भी पार्लीमेंट दे विच बोले हैगे, जो कि साडा अधिकार बनदा, साडा हक बनदा, साडा फर्ज भी है। तां तुसीं इह नहीं कह सकदे कि अज ही क्यों प्रदर्शन कर रहे हैं, लगातार असीं प्रदर्शन कर रहे हैं। उल्टा सियासत तां इह कर रहे ने, कैप्टन साहब तां सिस्मा फार्म चों नहीं बाहर निकले गए, उल्टा लोकां नूं कह रहे दिल्ली जाओ, किसानां नूं कह रहे दिल्ली जाओ, आप तुसीं क्यों नहीं आउंदे? अज दे प्रोटेस्ट तों बाद अगला तुहाडा की सिनेरियो होऊगा? हर जगह जिथे सुखबीर बादल जाऊ हर समय तुसीं प्रोटेस्ट करोगे? 25 तरीक नूं किसान जथेबंदियां पंजाब बंद कर रहियां ने, असीं उन्हां दा समर्थन कर रहे हैं। अगर उन्होंने कहा झंडे ना लियाओ, बल्कि साढ़े MLA तो चाहे गुलतार सिंह संधवा जी हो, चाहे कुलवंत सिंह पंडोरी जी हो, किसान जथेबंदियों के जाके उन्होंने धरनों के बैठे ने, असं साथ दे रहे हैं। 25 तरीक नूं असीं उन्होंने बंद का भी समर्थन कर रहे हैं। तो उल्टा देखो ये मोदी का किड्डे वड्डे एजेंट बन रहे हैं, जो उन्होंने बंद का समर्थन दिता ही, जो असं बंद का समर्थन दे रहे हैं, किसान जथेबंदियां कर रही हैं, तो फिर तुम क्यों उन्होंने प्रोग्राम को गुमराह कर रहे हो? कहदा चक्का जाम करना, जो चक्के चलने नहीं तुम जाम की करना, मैंने तो समझ नहीं आ रहा। ਜਿਹੜਾ ਅੱਜ ਦਾ ਇਹ ਪ੍ਰੋਟੈਸਟ ਹੈ ਕਿਸਾਨ ਦੀ ਧੀ ਜਾਂ ਕਿਸਾਨ ਪਰਿਵਾਰ ਦੇ ਨਾਲ ਦੇ ਹੋਣ ਦੇ ਨਾਤੇ ਪ੍ਰੋਟੈਸਟ ਜਾਂ ਪਾਰਟੀ ਦਾ ਪ੍ਰੋਟੈਸਟ? ਦੇਖੋ ਇਹ 'ਚ ਕੋਈ ਰਾਜਨੀਤਿਕ ਰਾਜਨੀਤੀਕਰਨ ਨਹੀਂ ਕਰਨਾ ਇਹਦਾ, ਅਸੀਂ ਸਾਰੇ ਕਿਸਾਨ ਭਰਾਵਾਂ ਨਾਲ ਹੈ, ਮਜ਼ਦੂਰ ਭਰਾਵਾਂ ਨਾਲ ਹੈ, ਕਿਉਂਕਿ ਅਸੀਂ ਵੀ ਕਿਸਾਨਾਂ ਦੀਆਂ ਧੀ ਹਾਂ, ਅਸੀਂ ਵੀ ਮਜ਼ਦੂਰਾਂ ਦੀਆਂ ਧੀ ਹੈ, ਅਸੀਂ ਉਸ ਪੱਖੋਂ ਅਸੀਂ ਇਸ ਪ੍ਰੋਟੈਸਟ ਦਾ ਸਾਥ ਦੇ ਰਹੇ ਹਾਂ, ਕਿਸਾਨਾਂ ਦਾ ਸਾਥ ਦੇ ਰਹੇ ਹਾਂ, ਨਾ ਕਿ ਅਸੀਂ ਕੋਈ ਰਾਜਨੀਤੀ ਅਸੀਂ ਕਰ ਹੀ ਨਹੀਂ ਰਹੇ। ਰਾਜਨੀਤੀ ਤਾਂ ਇਹ ਬਾਦਲ ਟੱਪਰ ਕਰ ਰਹੇ ਹੈ, ਹੋਰ ਕੋਈ ਨਹੀਂ ਕਰ ਰਿਹਾ। ਲੋਕਾਂ ਨੂੰ ਵੀ ਪਤਾ, ਸੋਸ਼ਲ ਮੀਡੀਆ ਅੱਜ ਕੱਲ੍ਹ ਹਰ ਬੱਚਾ ਬੱਚਾ ਚਲਾਉਂਦਾ, ਹਰ ਬਜ਼ੁਰਗ ਚਲਾਉਂਦਾ, ਤਾਂ ਇਹਨਾਂ ਦੀਆਂ ਜਿਹੜੀਆਂ ਚਲਾਕੀਆਂ ਹੁਣ ਉਹ ਚੱਲਣਗੀਆਂ ਨਹੀਂ। ਸ਼ਿਵ ਸੈਨਾ ਨੇ ਇਹ ਆਰਡੀਨੈਂਸ ਦੇ ਵੋਟ ਪਾਈ ਹੈ, ਪਰ ਕਾਂਗਰਸ ਦਾ